ਸਾਂਝੀ ਮਾਂ, ਮਾਂ ਦੁਰਗਾ ਦਾ ਰੂਪ। ਪੰਜਾਬ ਦੇ ਵਿੱਚ ਲੋਕ ਅਲੱਗ ਅਲੱਗ ਘਰਾਂ ਦੇ ਵਿੱਚ ਅਲੱਗ ਅਲੱਗ ਢੰਗ ਨਾਲ ਮਾਤਾ ਦੇ ਸਰੂਪ ਨੂੰ ਬਣਾਉਂਦੇ ਆ। ਇਹ ਲਾਲ ਮਿੱਟੀ ਦੀ ਬਣਾਈ ਜਾਂਦੀ ਹੈ। ਆਹ ਦੇਖੋ, ਆਪਾਂ ਪਹਿਲਾਂ ਗੋਲਾ ਬਣਾ ਲਿਆ, ਫਿਰ ਹੱਥ 'ਤੇ ਇਹਨੂੰ ਐਂ ਕੀਤਾ, ਫਿਰ ਦੋ ਉਂਗਲਾਂ ਦੇ ਵਿਚਕਾਰ ਐਂ ਰੱਖ ਕੇ ਸਟਾਰ ਬਣਾਉਣਾ ਹੈ। ਹੌਲੀ ਹੌਲੀ ਆਰਾਮ ਨਾਲ ਪਿਆਰ ਨਾਲ ਸਾਂਝੀ ਮਾਈ ਦਾ ਸਟਾਰ ਬਣ ਗਿਆ। ਇਸ ਤਰ੍ਹਾਂ ਆਪਾਂ ਵਾਰ ਵਾਰ ਇਹਨਾਂ ਨੂੰ ਬਣਾਈ ਜਾਣੇ ਆ, ਮੇਰੇ ਬਣਾਏ ਹੋਏ ਸਰੂਪ ਨੇ। ਅੱਜ ਫਿਰ ਇੱਕ ਵਾਰ ਮੈਂ ਰਿਪੀਟ ਕਰਦੀ ਹਾਂ, ਪਹਿਲਾਂ ਗੋਲਾ ਬਣਾਉਣਾ ਹੈ ਮਿੱਟੀ ਦਾ, ਫਿਰ ਇਹਨੂੰ ਐਂ ਦੱਬਣਾ ਹੈ। ਦੱਬਣ ਤੋਂ ਬਾਅਦ ਇਹਦੇ ਛੋਟੇ ਛੋਟੇ ਐਂ ਕਰਕੇ ਇਹਨੂੰ ਦੋ ਸਿਰਫ ਸਟਾਰ ਦੀ ਤਰ੍ਹਾਂ ਆਰਾਮ ਨਾਲ ਹਲਕੇ ਜੇ ਦਬਾਉਣਾ ਹੈ। ਸਟਾਰ ਬਣ ਗਿਆ।